ਅਸੀਂ ਇਸ ਰਿਕਸ਼ੇ ਦੀ ਲੀਕੇਜ ਚੈੱਕ ਕਰਨੀ ਵੀ ਲੀਕੇਜ ਕਿੱਥੋਂ ਹੋ ਰਹੀ ਮੋਗਲਾ ਇਹਦਾ ਬਹੁਤ ਜ਼ਿਆਦਾ ਲੀਕ ਹੁੰਦਾ ਪਿਆ ਇਹਦਾ ਸਾਰਾ ਮੋਗਲਾ ਲੱਗਾ ਹੋਇਆ ਅਸੀਂ ਉਹ ਸਾਰਿਆਂ ਤੋਂ ਪਹਿਲੇ ਇਹਦਾ ਗੇਅਰ ਬਕਸਾ ਖੋਲਾਂਗੇ ਇਹ ਗੇਅਰ ਬਕਸ ਖੋਲ੍ਹ ਕੇ ਚੈੱਕ ਕਰਾਂਗੇ ਕਿ ਇੰਜਨ ਦੀ ਕਿਹੜੀ ਸੀਲ ਲੀਕ ਹੈ ਦੋ ਥੱਲੇ ਸਾਡੇ 8 ਨੰਬਰ ਸੀਲ ਦੇ ਕਾਗਜ਼ ਲੱਗੇ ਹੁੰਦੇ ਨੇ 14 ਨੰਬਰ ਬੋਲਟ ਇੱਕ ਪਹਿਲੇ ਹੀ ਖੋਲ੍ਹਿਆ ਹੋਇਆ ਇੱਕ ਸਾਡੇ ਕੁੱਤੇ 14 ਨੰਬਰ ਬੋਲਟ ਹੈ ਇਹਦਾ 14 ਹੀ ਟੀਨ ਸਾਡੇ ਸਾਰੇ ਬੋਲਟ ਗੇਅਰ ਬੋਕਸ ਦੇ ਖੁੱਲ੍ਹ ਗਏ ਸਾਰਾ ਇੰਜਨ ਆਇਲ ਜਿਹੜਾ ਨਿਕਲਿਆ ਹੋਇਆ ਸਾਰਾ ਬਾਹਰ ਨਿਕਲਿਆ ਸੀਲ ਸਾਹਮਣੇ ਮੇਨ ਸ਼ਾਵਰ ਦੀ ਸੀਲ ਜਿਹੜੀ ਹੈ ਇਹ ਖਰਾਬ ਹੋਈ ਪਈ ਹੈ ਨਾਲ ਘੁੰਮਦੀ ਪਈ ਹੈ ਸ਼ਾਵਰ ਦੇ ਨਾਲ ਹੀ ਹੁਣ ਅਸੀਂ ਇਹਨੂੰ ਰੀਪਲੇਸ ਕਰਾਂਗੇ ਸਾਡੀ ਬਾਹਰ ਆ ਗਈ ਸੀਲ ਸਾਡੀ ਆ ਗਈ ਹੈ ਨਵੀਂ 20-34-7-9 ਦੀ ਜਪਾਨੀ ਸੀਲ ਸਿਲੀਕੋਨ ਲੈ ਗਾ ਸਿਲੀਕੋਨ ਬਣੀ ਜਿਹੜੀ ਹੈ ਗਰਮ ਹੋਣ ਤੋਂ ਬਾਅਦ ਇੰਜਨ ਦੇ ਸ਼ਾਵਰ ਦੇ ਨਾਲ ਨਾਲ ਲੈ ਸਕੇ ਜੇ ਸਿਲੀਕੋਨ ਨਾਲ ਲਾਈ ਜਾਏ ਤਾਂ ਜਿਵੇਂ ਇੰਜਨ ਦੇ ਨਾਲ ਸੀਲ ਗਰਮ ਹੋ ਕੇ ਸੁਕੜ ਜਾਂਦੀ ਹੈ ਅਤੇ ਫਿਰ ਸ਼ਾਦਾ ਦੇ ਬਣਨਾ ਸ਼ੁਰੂ ਹੋ ਜਾਂਦਾ ਪਹੁੰਚ ਗਿਆ ਦੋ ਪੇਜ 8 ਨੰਬਰ ਦੇ ਪਹਿਲੇ ਥੱਲੇ ਲਵਾਂਗੇ ਪਿਛਲਾ ਪੇਜ ਗਿਰੇ ਹੋਇਆ
Yeah.